ਇੱਕ ਸੁਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡਸ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ। ਦੱਸਦੇ ਕਿ ਦਰਜਨਾ ਹੀ ਸੁਰੱਖਿਆ ਗਾਰਡ ਨੇ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਤੇ ਔਰ ਬਾਕੀ ਦੇ ਲੋਕਾਂ ਤੇ ਹਮਲਾ ਕੀਤਾ ਗਿਆ। ਇਹ ਲੋਕ ਇਸੇ ਹੀ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਇਹਨਾਂ ਸੁਰੱਖਿਆ ਗਾਰਡਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇੱਕ ਨੌਜਵਾਨ ਦੇ ਸਿਰ ਤੇ ਲਗਾਤਾਰ ਡਾਂਗਾਂ ਮਾਰੀਆਂ ਗਈਆਂ ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਬਿਆਨ ਹੋ ਰਿਹਾ ਕਿ ਦੋ ਪਰਿਵਾਰ ਔਰਤਾਂ ਆਪਸ ਦੇ ਵਿੱਚ ਲੜਦੀਆਂ ਨੇ, ਉਹਨਾਂ ਦੀ ਤੂੰ ਤੂੰ ਮੈਂ ਮੈਂ ਹੁੰਦੀ ਆ। ਇਹਨੇ ਨੂੰ ਇਹ ਸੁਰੱਖਿਆ ਗਾਰਡ ਨੇ ਜਿਹੜੇ ਦੋਵਾਂ ਤੇ ਹੀ ਹਮਲਾ ਕਰ ਦਿੰਦੇ ਨੇ ਔਰ ਕਿਸੇ ਤੀਜੇ ਦੇ ਵੱਲੋਂ ਪੂਰੀ ਵੀਡੀਓ ਆਪਣੇ ਫੋਨ ਦੇ ਵਿੱਚ ਕੈਦ ਕੀਤੀ ਗਈ। ਦੱਸਿਆ ਗਿਆ ਕਿ ਇਹਨਾਂ ਸੁਰੱਖਿਆ ਗਾਰਡਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ। ਨੋਇਡਾ ਦੀ ਇਹ ਇੱਕ ਸੁਸਾਇਟੀ ਹੈ ਜਿੱਥੇ ਜ਼ਬਰਦਸਤ ਹੰਗਾਮਾ ਹੋਇਆ। ਸਿਕਿਉਰਿਟੀ ਗਾਰਡਸ ਅਤੇ ਰੈਜੀਡੈਂਟਸ ਵਿਚਾਲੇ ਜ਼ਬਰਦਸਤ ਬਹਿਸ ਹੋਈ, ਜਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਉਤਰ ਆਈ। ਕਾਰ ਸਵਾਰ ਤੇ ਡਾਂਗਾਂ ਭਰਾਈਆਂ ਗਈਆਂ ਨੇ, ਨੌਜਵਾਨ ਦੇ ਸਿਰ ਤੇ ਡੰਡੇ ਮਾਰੇ ਗਏ। ਸੈਕਟਰ 137 ਦੇ ਪਾਰਸ ਟੋਇਰਾ ਸੁਸਾਇਟੀ ਦਾ ਇਹ ਪੂਰਾ ਮਾਮਲਾ ਹੈ।